ਪ੍ਰਾਈਮੇਸ਼ੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ਿਤਰਾ ਪੰਨੂ ਸਾਹਿਬ ਖਬਰਾਂ ਤੇ ਚਰਚਾ ਕਰਨਗੇ ਪਰ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਕਰਦੇ ਹਾਂ ਸਵਾਗਤ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਪਨੂ ਸਭ ਸਭ ਤੋਂ ਪਹਿਲੀ ਖਬਰ ਲੈਣੀ ਹੈ ਜੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅੱਜ ਫੇਰ ਇਲੈਕਟੋਰਲ ਬਾਂਡ ਦੇ ਉੱਤੇ ਸੁਣਵਾਈ ਹੋਈ ਹੈ ਤੇ ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਫੇਰ ਸ਼ਕਤੀ ਦਿਖਾਈ ਹੈ ਨਾਲ ਦੀ ਨਾਲ SBI ਨੂੰ 21 ਮਾਰਚ ਤੱਕ ਦਾ ਫੇਰ ਸਮਾਂ ਦਿੱਤਾ ਕਿ 21 ਮਾਰਚ ਤੱਕ ਤੁਸੀਂ ਇਹ ਜਿਹੜੇ ਡਾਟਾ ਉਸ ਨੂੰ ਪੂਰੀ ਤਰ੍ਹਾਂ ਜਨਤਕ ਕਰੋ ਤੇ ਨਾਲ ਹੀ ਸੁਪਰੀਮ ਕੋਰਟ ਦੇ ਵਿੱਚ ਆਪਣਾ ਜਵਾਬ ਵੀ ਦਾਖਲ ਕਰੋ ਪਣ ਸਭ ਕਿਵੇਂ ਦੇਖਦੇ ਹੋ ਵਾਰ-ਵਾਰ ਸੁਪਰੀਮ ਕੋਰਟ ਇੱਕੋ ਹੀ ਗੱਲ ਦੇ ਉੱਤੇ ਅੜਿਆ ਹੋਇਆ ਜੀ ਤੇ ਦੂਸਰੇ ਪਾਸੇ SBI ਵੀ ਅਜੇ ਕੋਈ ਬਾਣੀ ਫੜਾ ਰਿਹਾ ਨਦਰਜੀ ਇਹ ਇਲੈਕਟੋਰਲ ਬਾਂਡ ਜਦੋਂ ਸ਼ੁਰੂਆਤ ਹੋਈ ਤੇ ਸਮਝਿਆ ਗਿਆ ਸੀ ਕਿ ਬਲੈਕ ਮਨੀ ਦੇ ਬਜਾਏ ਜਿਹੜੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਨੇ ਵੱਡੇ ਘਰਾਣੇ ਜਿਹੜੇ ਆ ਉਹਨਾਂ ਜੋ ਪੰਡ ਦੇਣਾ ਹੋਵੇ ਤੇ ਕਾਨੂੰਨੀ ਤੌਰ ਤੇ ਦੇਣਗੇ ਕਾਲੇ ਧੰਨ ਨੂੰ ਕੁਝ ਰੋਕ ਲੱਗੇਗਾ। ਵੇਖਿਆ ਇਹ ਕਿ ਇਹਨਾਂ ਚੋਰਾਂ ਨੇ ਆਪਣੇ ਰਾਹ ਪਹਿਲਾਂ ਹੀ ਤਿਆਰ ਕੀਤੇ ਸੀ ਉਸ ਹੱਬ ਨਾਲੇ ਉੱਥੇ ਵਾਲੇ ਲੱਗ ਪਏ ਤੇ ਇਹਨਾਂ ਨੇ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਜੋ ਕੁਝ ਵੀ ਹੋਇਆ ਇਹ ਅੱਤ ਦਾ ਮਾੜਾ ਬਹੁਤ ਮਾੜਾ ਇਸ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ। ਇਲੈਕਟੋਰਲ ਬਾਂਡ ਤੇ ਖਿਲਾਫ ਸ਼ਿਕਾਇਤ ਹੋਈ ਸੁਪਰੀਮ ਕੋਰਟ ਨੇ ਕਹਿ ਤਾਸੀਖ ਗੈਰ ਸੰਵਿਧਾਨਿਕ ਹੈ ਫਿਰ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਫਲਾਣੀ ਤਰੀਕ ਤੱਕ ਐਸ ਬੀ ਆਈ ਯਾਨੀ ਭਾਰਤੀ ਸਟੇਟ ਬੈਂਕ ਦੇ ਸਾਰੇ ਅੰਕੜੇ ਦੇਵੇ ਜਿਹੜੇ ਤਰੀਕ ਦਿੱਤੀ ਸੀ ਉਹ ਤਰੀਕ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਜਾ ਕੇ ਐਪੀਟੇਟ ਦਿੱਤਾ ਜੀ ਜੂਨ ਤੋਂ ਪਹਿਲਾਂ ਤੇ ਦਿੱਤੇ ਨਹੀਂ ਜਾ ਸਕਦੇ ਇਹ ਕਹਿਣ ਦਾ ਹੀ ਮਤਲਬ ਇਹ ਸੀ ਕਿ ਉਹਨਾਂ ਦੇ ਕੰਨ ਵਿੱਚ ਕਿਸ ਨੇ ਫੂਕ ਮਾਰੀ ਹੈ ਕਿ ਜੂਨ ਚੜ੍ਹਨ ਤੱਕ ਅਸੀਂ ਚੋਣਾਂ ਦਾ ਕੰਮ ਨਿਬੇੜ ਲਾਂਗੇ ਲੋਕਾਂ ਸਾਹਮਣੇ ਗੰਡੇ ਦੀਆਂ ਛੱਲਾ ਲੱਥਣ ਤੋਂ ਪਹਿਲਾਂ ਪਹਿਲਾਂ ਸਾਨੂੰ ਚੋਣ ਲਾੜਦਿਓ ਇੰਨਾ ਟਾਈਮ ਮਗਰੋ ਸੁਪਰੀਮ ਕੋਰਟ ਦੇ ਦੇਗੀ ਪਰ ਸੁਪਰੀਮ ਕੋਰਟ ਨੇ ਅਗਵਾਖਾ ਤੁਸੀਂ ਕਰਦੇ ਕੀ ਪਏ ਹੋ ਸਮਝਿਆ ਕੀ ਹੈ ਪਹਿਲਾਂ ਇਸ ਗੱਲ ਦਾ ਜਵਾਬ ਦਿਓ ਕਿ ਤੁਸੀਂ ਲਗਾਤਾਰ ਇੰਨੇ 26 ਦਿਨ ਕਦੇ ਨਹੀਂ ਬਿਠੇ ਰਹੇ ਹੁਣ ਤੱਕ ਕੀਤਾ ਕੀਆ 24 ਘੰਟਿਆਂ ਦੇ ਅੰਦਰ ਅੰਦਰ ਲਿਆ ਕੇ ਸਾਰੇ ਅੰਕੜੇ ਪੇਸ਼ ਕਰੋ ਤੇ ਚੋਣ ਕਮਿਸ਼ਨ ਨੂੰ ਦਿਓ ਚੋਣ ਕਮਿਸ਼ਨ ਨੂੰ ਆਖਿਆ ਕਿ 3 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਵਿੱਚ ਸਾਰੇ ਅੰਕੜੇ ਜਿਹੜੇ ਆ ਆਪਣੇ ਸਾਈਟ ਤੇ ਅਪਲੋਡ ਕਰਨੇ ਪੈਣਗੇ ਚਲੋ ਜਦੋਂ ਮਿਲੇ ਕਿਉਂ ਕਮਿਸ਼ਨ ਤਿੰਨਾਂ ਦੇ ਬਜਾਇ ਦੋ ਦਿਨਾਂ ਚ ਅਪਲੋਡ ਕਰਤੇ ਜਿਹੜੀ ਸਟੇਟਮੈਂਟ ਕਹਿੰਦੀ ਸੀ ਜੂਨ ਤੋਂ ਪਹਿਲਾਂ ਦੇ ਨਹੀਂ ਸਕਦੇ ਉਹਨਾਂ ਨੇ 24 ਘੰਟਿਆਂ ਚ ਲਿਆ ਕੇ ਦੇ ਦਿੱਤੇ ਕਿੱਥੋਂ ਦੇ ਦਿੱਤੇ ਜੇ ਦੇ ਨਹੀਂ ਸਕਦੇ ਤੇ ਇਹਦਾ ਮਤਲਬ ਕਿਸੇ ਨਾ ਕਿਸੇ ਤਰੀਕੇ ਨੀਤੀ ਦਾ ਖੋਟ ਸੀ ਉਹ ਦਿਨਾਂ ਨਹੀਂ ਸੀ ਚਾਹੁੰਦੇ ਉਹਨਾਂ ਨੂੰ ਕੋਈ ਪਿੱਛੋਂ ਕਹਿ ਰਿਹਾ ਸੀ ਨਾ ਦਿਓ ਆ ਮਾਰੇ ਜਾਵਾਂਗੇ ਲੋਕਾਂ ਨੂੰ ਪਤਾ ਲੱਗ ਜਾਉ ਇਸ ਕਰਕੇ ਰੁਕ ਜਾਓ ਰੁਕ ਜਾਓ ਕੋਈ ਰੋਕ ਰਿਆ ਸੀ ਵਾਂਕੜੇ ਸਾਹਮਣੇ ਆ ਗਏ ਉਹਨਾਂ ਦੇ ਆਉਣ ਤੋਂ ਬਾਅਦ ਫਿਰ ਇਹ ਗੱਲ ਨਿਕਲੀ ਕਿ ਇਹ ਨਹੀਂ ਵਿੱਚ ਦੱਸਿਆ ਗਿਆ ਕਿ ਕਿਹੜੀ ਕਾਰਪੋਰੇਸ਼ਨ ਨੇ ਕਿੰਨੇ ਦੇ ਬਾਂਡ ਖਰੀਦੇ ਆ ਤੇ ਕਿਹੜੀ ਪਾਰਟੀ ਨੂੰ ਗਏ ਆ ਫਿਰ ਇਹ ਅੰਕੜੇ ਪੇਸ਼ ਕਰ ਦਿੱਤੇ ਗਏ ਕਿ ਫਲਾਣੀ ਫਲਾਣੀ ਕਾਰਪੋਰੇਸ਼ਨ ਨੇ ਇੰਨੇ-ਇੰਨੇ ਜਿਹੜੇ ਆ ਇਲੈਕਟੋਰਲ ਬਾਂਡ ਬਾਂਡ ਖਰੀਦੇ ਸੀ ਇਹ ਵੀ ਦੱਸਤਾ ਕਿ ਫਲਾਣੀ ਫਲਾਣੀ ਪਾਰਟੀ ਨੇ ਇੰਨੇ-ਇੰਨੇ ਇਲੈਕਟੋਰਲ ਬਾਂਡ ਕੈਸ਼ ਕਰਵਾਏ ਆ ਪਰ ਉਹਨਾਂ ਕੋਲ ਜਿਹੜੇ ਪਹੁੰਚੇ ਸੀ ਉਹ ਕੈਸ਼ ਹੋਣ ਤੋਂ ਪਹਿਲਾਂ ਕਿਹੜੀ ਕਾਰਪੋਰੇਸ਼ਨ ਨੇ ਕਿਹੜੀ ਪਾਰਟੀ ਨੂੰ ਦਿੱਤੇ ਇਹ ਨਹੀਂ ਸੀ ਲੱਭਦਾ ਕਿਸੇ ਨੇ ਉੱਥੋਂ ਜਾ ਕੇ 3000 ਕਰੋੜ ਦੇ ਇਲੈਕਟੋਰਲ ਬਾਂਡ ਖਰੀਦੇ ਹੋਣ ਉਹਦੇ ਵਿੱਚੋਂ ਉਹਨੇ ਭਾਰਤੀ ਜਨਤਾ ਪਾਰਟੀ ਨੂੰ ਕਿੰਨੇ ਦਿੱਤੇ ਤੇ ਕਾਂਗਰਸ ਨੂੰ ਕਿੰਨੇ ਦਿੱਤੇ ਇਹ ਨਹੀਂ ਦੱਸਿਆ ਅੱਗੋਂ ਕਾਂਗਰਸ ਪਾਰਟੀ ਨੇ ਇਹ ਆਖਿਆ ਵੀ ਸਾਨੂੰ 100 ਕਰੋੜ ਰੁਪਏ ਦੇ ਇਲੈਕਟੋਰਲ ਬਾਂਡ ਮਿਲੇ ਆ ਭਾਜਪਾ ਆਖੇ ਸਾਨੂੰ 6600 ਕਰੋੜ ਮਿਲੇ ਆ ਪਰ ਇਹ ਨਾ ਦੱਸਣ ਕਿ ਉਹਨਾਂ ਨੂੰ ਕਿਹਦੇ ਤੋਂ ਕਿੰਨੇ ਮਿਲੇ ਆ ਇਹ ਬਿਲਕੁਲ ਨਾ ਦੱਸਣ ਲੋਕਾਂ ਤੇ ਸੂਚਨਾ ਚਾਹੀਦੀ ਸੀ ਸੁਪਰੀਮ ਕੋਰਟ ਨੇ ਆਖਿਆ ਤੁਹਾਨੂੰ ਇਹ ਵੀ ਦੱਸਨੇ ਪਣਿਆ ਅਜੇ ਉਸ ਪਾਸੇ ਨੂੰ ਗੱਲ ਚੱਲਦੀ ਪਈ ਸੀ ਉਹਨੇ ਚਿਰ ਨੂੰ ਅੰਕੜੇ ਸਾਹਮਣੇ ਆਉਣ ਲੱਗ ਪਿਆ ਕਿ ਫਲਾਣੀਆਂ ਫਲਾਣੀਆਂ ਕਾਰਪੋਰੇਸ਼ਨਾਂ ਨੇ ਇੰਨੇ-ਇੰਨੇ 100 ਕਰੋੜ ਦੇ ਬਾਂਡ ਖਰੀਦੇ ਇਹ ਵੀ ਪਤਾ ਲੱਗ ਗਿਆ ਕਿ ਫਲਾਣੀਆਂ ਫਲਾਣੀਆਂ ਪਾਰਟੀਆਂ ਨੂੰ ਇੰਨੇ-ਇੰਨੇ ਦੇ ਗਏ ਯੂ ਵੀ ਪਤਾ ਲੱਗਾ ਕਿ ਦੇਸ਼ ਦੀਆਂ ਦੋ ਖੱਬੇ ਪੱਕੀ ਪਾਰਟੀਆਂ ਨੇ ਇਲੈਕਟਰੋਨ ਬੰਡ ਲੈ ਨਹੀਂ ਤੇ ਉਹਨਾਂ ਨੇ ਆਖਿਆ ਜੀ ਅਸੂਲ ਦਾ ਸਵਾਲ ਅਸੀਂ ਤਾਂ ਨਹੀਂ ਲੈ ਜਲੋ ਉਹਨਾਂ ਨੂੰ ਵਕਰਾ ਕਰ ਦਿਓ ਜਿਹੜੇ ਬਾਕੀ ਦੇ ਆ ਉਹ ਆਪਣੇ ਵੇਰਵੇ ਦਿਨ ਨੂੰ ਤਿਆਰ ਨਹੀਂ ਪਰ ਅਖਬਾਰਾਂ ਨੇ ਕਾਫੀ ਸਾਰੇ ਵੇਰਵੇ ਖਾਬ ਦਿੱਤੇ ਆ ਹੈਰਾਨੀ ਦੀ ਗੱਲ ਇਹ ਆ ਕਿ ਜਿਹੜੀ ਕੰਪਨੀ ਦਾ ਸ਼ੁੱਧ ਮੁਨਾਫਾ 2 ਕਰੋੜ ਰੁਪਏ ਦਾ ਨਿਕਲਦਾ ਉਹ ਕੰਪਨੀ 80 ਕਰੋੜ ਰੁਪਏ দান ਕਰ ਰਹੀ ਆ ਘਰ ਖਾਨ ਨੂੰ ਨਹੀਂ ਮਾ ਪੀਣ ਗਈ ਆ ਆਪਣੇ ਘਰ ਦੇ ਵਿੱਚ ਹੈ ਕੱਖ ਨਹੀਂ 2 ਕਰੋੜ ਰੁਪਏ ਦਾ ਮੁਨਾਫਾ ਤੇ 80 ਕਰੋੜ ਰੁਪਏ দান ਕਰ ਰਿਹਾ ਇਹਦੇ ਤੋਂ ਵੀ ਅਗਲੀ ਗੱਲ ਇੱਕ ਹੋਰ ਹੈ ਜਿਨ੍ਹਾਂ ਦਾ ਮੁਨਾਫਾ 1 ਕਰੋੜ ਦਾ ਵੀ ਨਹੀਂ ਮਸਾ 70 80 ਲੱਖ ਦਾ ਉਹ ਵੀ 7-8 ਲੱਖ ਕਰੋੜ ਜਿਹੜਾ ਰੁਪਇਆ দান ਕਰ ਰਿਹਾ ਕਿੱਥੋਂ ਲਿਆ ਕੇ ਕਰ ਰਿਹਾ ਇਹ ਦੋ ਹੀ ਗੱਲਾਂ ਹੋ ਸਕਦੀਆਂ ਜਾਂ ਤਾਂ ਮੁਨਾਫਾ ਗਲਤ ਵਿਖਾ ਰਹੇ ਜਾਂ ਉੱਚ ਬਲੈਕ ਮਨੀ ਜਿਹੜੀ ਹੈ ਕਾਲਾ ਧਨ ਲਿਆ ਕੇ ਉੱਚ ਲਿਆ ਕੇ ਸਿਆਸੀ ਪਾਰਟੀਆਂ ਨੂੰ ਉਨਨਾ ਦੇ ਮੋਟੇ ਇੱਕ ਕ腐ਸ਼ਨ ਦਾ ਪੈਸਾ ਤੁੰਨਿਆ ਜਾ ਰਿਹਾ ਤਾਂ ਕਿ ਉਹਨਾਂ ਨੂੰ ਆਪਣੇ ਹੱਥਾਂ 'ਚ ਰੱਖਿਆ ਜਾਵੇ। ਉਦੋਂ ਵੀ ਅਗਲੀ ਗੱਲ ਇਹ ਆ ਕਿ ਕੁਝ ਸਿਆਸੀ ਪਾਰਟੀਆਂ ਨੇ ਆਖਿਆ ਸਾਡੇ ਕੋਲ ਇੰਨੇ ਕਰੋੜ ਦੇ ਇਲੈਕਟੋਰਲ ਬਾਂਡ ਆਏ ਪਰ ਸਾਨੂੰ ਪਤਾ ਨਹੀਂ ਕੌਣ ਦੇ ਗਿਆ। ਇਹ ਤਾਂ ਜੀ ਲਿਫਾਫੇ 'ਚ ਪਾ ਕੇ ਕੋਈ ਆਇਆ ਸੀ ਇੱਕ ਸੁੱਟ ਕੇ ਰਾਹ ਪੈ ਸਾਨੂੰ ਕੀ ਪਤਾ। ਕੋਈ ਕਹਿੰਦਾ ਜੀ ਸਾਡੇ ਇੱਥੇ ਡਾਕ 'ਚ ਆ ਗਿਆ। ਕੋਈ ਕਹਿੰਦਾ ਦਰਵਾਜ਼ੇ ਤੇ ਆ ਕੇ ਇੱਕ ਬੰਦਾ ਫੜਾ ਗਿਆ। ਉਰਦੂ ਦਾ ਇੱਕ ਸ਼ੇਰ ਆ। ਕੌਣ ਨਾ ਮਰ ਜਾਏ ਸادਗੀ ਤੇ ਇੰਨੀ ਸادਗੀ ਬੰਦਾ ਪੈਸੇ ਦੇ ਗਿਆ ਕਰੋੜਾ ਰੁਪਏ ਨਹੀਂ ਸੈਂਕੜੇ ਕਰੋੜ ਰੁਪਏ ਪਰ ਪਤਾ ਹੀ ਨਹੀਂ ਲੱਗਾ ਉਹ ਬੰਦਾ ਕੌਣ ਸੀ ਕਿੱਥੋਂ ਆਇਆ ਕਿੱਥੇ ਦੇ ਗਿਆ ਇੰਨੀ ਬੇਸ਼ਰਮੀ ਇਹਦੇ ਤੋਂ ਵੀ ਅਗਲੀ ਗੱਲ ਹੈ ਕਿ ਸਿਆਸੀ ਪਾਰਟੀਆਂ ਬਾਰੇ ਪਤਾ ਲੱਗਦਾ ਪਿਆ ਫੁਲਾਣੀ ਫੁਲਾਣੀ ਪਾਰਟੀ ਨੂੰ ਫੁਲਾਣੇ ਫੁਲਾਣੇ ਕਾਰਪੋਰੇਟ ਘਰਾਣੇ ਦੇ ਐਨੇ ਦੇ ਇਲੈਕਟਰੋਟ ਵੰਡ ਦਿੱਤੇ ਉਹਨੇ ਸਾਡੇ ਪੰਜਾਬ ਦੀਆਂ ਵੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਤਾਂ ਇਦਾਂ ਜਾਬਦਾ ਜੇ ਬਹਿ ਰਹਿਦ ਖੁੰਦ ਜਿਹੜੇ ਮਾੜੀ ਮੋਟੀ ਕਦੇ ਘੱਟਾ ਛਾਂ ਕੇ 4-14 ਦੇ ਦਾਣੇ ਰਹਿ ਗਏ ਉਹ ਉਹਦੇ ਪੱਲੇ ਪਾ ਦਿੱਤੇ ਬਹੁਤੀ ਉਹਨੂੰ ਮਿਲੇ ਨਹੀਂ ਪਰ ਜਿਨ੍ਹਾਂ ਦੇ ਕੋਲ ਗਏ ਆ ਵੱਡੇ ਗੱਫੇ ਉਹ ਭਾਵੇਂ ਪੰਜਾਬ ਦੀ اپੋਜੀਸ਼ਨ ਵਿੱਚ ਹੋਣ ਭਾਵੇਂ ਦੇਸ਼ ਦੀ اپੋਜੀਸ਼ਨ 'ਚ ਹੋਣ ਭਾਵੇਂ ਦੇਸ਼ ਦੇ ਵਿੱਚ ਰਾਜ ਚਲਾਉਂਦੇ ਹੋਣ ਭਾਵੇਂ ਤਾਮਿਲਨਾਡੂ ਬਿਹਾਰ ਜਾਂ ਕਿਸੇ ਹੋਰ ਥਾਂ ਤੇ ਰਾਜ ਚਲਾਉਂਦੇ ਹੋਣ ਉਹਨਾਂ ਸਾਰਿਆਂ ਦੀ ਬੇਸ਼ਰਮੀ ਹੈ ਕਿ ਜੇ ਤੱਕ ਇਹਨਾਂ ਗੱਲਾਂ ਨੂੰ ਲੁਕਾਈ ਜਾਂਦੇ ਆ ਇਹ ਸਾਰਾ ਕੁਝ ਹੀਜਪਿਆਸ ਸਾਹਮਣੇ ਆਉਣਾ ਚਾਹੀਦਾ ਦੇਸ਼ ਦੀ ਜਨਤਾ ਨੂੰ ਇਹ ਜਾਣਨ ਦਾ ਹੱਕ ਹੈ ਕਿ ਸਾਨੂੰ ਲੁੱਟ ਕੇ ਕੌਣ-ਕੌਣ ਕਿੰਨਾ ਪੈਸਾ ਕਿਧਰੋਂ ਕਿਧਰ ਲਿਜਾ ਰਿਹਾ ਤੇ ਕਿਹਨੂੰ ਦੇ ਕੇ ਚੋਣਾਂ ਲੜਵਾ ਰਿਹਾ ਇਹ ਵੀ ਗੱਲ ਸਾਹਮਣੇ ਆ ਗਈ ਹੈ ਕਿ ਫਲਾਣੀ ਕੰਪਨੀ ਹੈ ਜਿਹਦੇ ਉੱਤੇ ਛਾਪਾ ਪਿਆ ਸੀਬੀਆਈ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਉਹ ਛਾਪਾ ਪੈਣ ਤੋਂ 6 ਦਿਨ ਜਾਂ 8 ਦਿਨ ਬਾਅਦ ਉਹਨਾਂ ਨੇ ਫਲਾਣੀ ਪਾਰਟੀ ਨੂੰ 800 ਕਰੋੜ ਦੇ ਜਿਹੜੇ ਇਲੈਕਟੋਰਲ ਬਾਂਡ ਦੇ ਦਿੱਤੇ ਇਲੈਕਟੋਰਲ ਬਾਂਡ ਪਹਿਲਾਂ ਕਿਉਂ ਨਾ ਦਿੱਤੇ ਜੇ ਦਿੱਤਾ ਹੁੰਦਾ ਛਾਪਾ ਹੀ ਨਾ ਪੈਂਦਾ ਜਦੋਂ ਛਾਪਾ ਪਿਆ ਤੇ ਉਹਦਾ ਸਿਆਪਾ ਪਿਆ ਤੇ ਉਹ ਸਿਆਪੇ ਤੋਂ ਬਚਣ ਵਾਸਤੇ ਇਲੈਕਟੋਰਲ ਬੰਡ ਦਿੱਤੇ ਗਏ ਉਦੋਂ ਬਾਅਦ ਉਹਨਾਂ ਕੰਪਨੀਆਂ ਤੇ ਕਾਰਵਾਈ ਕੀ ਹੋਈ ਲੋਕੀ ਅੱਗੇ ਕਹਿੰਦੇ ਆ ਕੇਂਦਰ 'ਚ ਰਾਜ ਕਰਦੀ ਪਾਰਟੀ ਜਿਹੜੀ ਆ ਉਹਦਾ ਇੱਕ ਆਪਣਾ ਸਿਆਸੀ ਪਾਲ ਧਰਮ ਦਾ ਸਿਆਸੀ ਨਦੀ ਦਾ ਗੰਗਾ ਘਾਟ ਹੈ ਜਿਹੜਾ ਵੀ ਉੱਥੇ ਜਾਵੇ ਉਹਨੂੰ ਉੱਥੇ ਗੰਗਾ ਢਵਾ ਲੈਂਦੇ ਆ ਕ腐ਸ਼ਨ ਦੇ ਸਾਰੇ ਕਾਲੇ ਦਾਗ ਸਾਫ਼ ਹੋ ਜਾਂਦੇ ਆ ਉਸ ਕੰਪਨੀ ਤੇ ਛਾਪਾ ਮਰਵਾ ਦਿਓ ਜਦੋਂ ਛਾਪਾ ਪੈ ਜਾਵੇ ਤੇ ਫਿਰ ਉਸੇ ਕੰਪਨੀ ਤੋਂ ਇਲੈਕਟਰਨ ਬੰਡ ਲਓ ਤੇ ਉਹਦੇ ਖਿਲਾਫ ਫਾਇਲ ਠਾਪ ਦਿਓ ਕਿਉਂਕਿ ਸਾਹਮਣੇ ਇਲੈਕਸ਼ਨ ਆਉਂਦੀ ਹੈ ਉਦੋਂ ਫਿਰ ਪੈਸੇ ਇਹਨਾਂ ਤੋਂ ਮੰਗਣੇ ਆ ਇਹ ਤਾਂ ਸਾਰਾ ਕੁਝ ਸਾਹਮਣੇ ਆ ਚੁੱਕਾ ਹੁਣ ਤਾਂ ਦੇਸ਼ ਦੇ ਲੋਕਾਂ ਨੂੰ ਸੋਚਣਾ ਪਏਗਾ ਕਿ ਜਦੋਂ ਇਹੋ ਜਿਹਾ ਗੰਦਾਵਾਨ ਭਾਰਤ ਦੀ ਸਿਆਸਤ ਵਿੱਚ ਵਗਦਾ ਤੇ ਅੱਗੋਂ ਇਹਨਾਂ ਨੇ ਕੀ ਕਰਨਾ ਜੀ ਬਿਲਕੁਲ ਠੀਕ ਪੰਨੂ ਸਾਹਿਬ ਤੇ ਅੱਗੇ ਵਧਦੇ ਹਾਂ ਗੱਲ ਇਲੈਕਸ਼ਨ ਕਮਿਸ਼ਨ ਦੀ ਕਰਦੇ ਹਾਂ ਇਲੈਕਸ਼ਨ ਕਮਿਸ਼ਨ ਨੇ 6 ਰਾਜਾਂ ਤੇ ਗ੍ਰੈਸਕੱਤਰ ਹਟਾ ਦਿੱਤੇ ਨੇ ਤੇ ਇੱਕ ਰਾਜ ਜਿਸ ਦੇ ਵਿੱਚ ਪੱਛਮੀ ਬੰਗਾਲ ਦਾ ਨਾਮ ਹੈ ਉੱਥੋਂ ਦਾ ਡੀਜੀਪੀ ਵੀ ਹਟਾ ਦਿੱਤਾ ਹੈ ਪੰਨੂ ਸਾਹਿਬ ਇਹ ਹਟਾਉਣ ਦਾ ਕੀ ਕਾਰਨ ਹੈ ਇਸ ਮੌਕੇ ਦੇ ਉੱਤੇ ਇਹ ਜਿਹੜੀ ਕਾਰਵਾਈ ਹੋਈ ਹੈ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਮੇਰੇ ਵਾਸਤੇ ਤਾਂ ਇਹ ਹੈਰਾਨੀ ਵਾਲੀ ਕਾਰਵਾਈ ਆ ਉਹ ਇਸ ਕਰਕੇ ਕਿ ਆਮ ਤੌਰ ਤੇ ਲੋਕਾਂ 'ਚ ਪ੍ਰਭਾਵ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਸ ਵੇਲੇ ਦਾ ਚੀਫ ਇਲੈਕਸ਼ਨ ਕਮਿਸ਼ਨਰ ਤੇ ਉਹਦੇ ਨਾਲ ਦੇ ਜਿਹੜੇ ਦੋਵੇਂ ਇਲੈਕਸ਼ਨ ਕਮਿਸ਼ਨਰ ਨੇ ਉਹ ਸਾਰੇ ਦੇ ਸਾਰੇ ਹੁਣ ਵਾਲੀ ਸਰਕਾਰ ਦੇ ਪਪੈਟਸ ਨੇ ਇਹ ਆਮ ਪ੍ਰਭਾਵ ਹੈ ਕਿ ਉਹਨੇ ਆਪਣੀ ਮਰਜ਼ੀ ਦੇ ਲਾਏ ਆ ਪਰ ਆ ਜਿਹੜੀ ਕਾਰਵਾਈ ਸ਼ੁਰੂ ਹੋਈ ਆ ਇਹਦੇ ਤੋਂ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਵਿੱਚ ਬੈਠੇ ਲੋਕ ਵੀ ਥੋੜਾ ਜਿਹਾ ਇਹ ਸਮਝਣ ਲੱਗ ਪਏ ਆ ਕਿ ਉਹਨਾਂ ਦੇ ਆਪਣੇ ਮੋਢਿਆਂ ਤੇ ਜਿਹੜਾ ਸਿਰ ਲੱਗਾ ਉਹ ਸੋਚਣ ਵਾਸਤੇ ਲੱਗਾ ਇਹ ਫालतू ਦੀ ਚੀਜ਼ ਨਹੀਂ ਗਾ ਉਹਨਾਂ ਨੇ ਪੱਛਮੀ ਬੰਗਾਲ ਪੁਲਿਸ ਦਾ ਡੀਜੀਪੀ ਅਟਾਇਆ ਠੀਕ ਕੀਤਾ ਇਹਨੂੰ ਕਈ ਲੋਕ ਆਖਣਗੇ ਜੀ ਮਮਤਾ ਬੇਨਰਜੀ ਦੇ ਖਿਲਾਫ ਕਿੜ ਕੱਢੀ ਆਖੀ ਜਾਣਦੇ ਹੋ ਜਿਹੜੇ 6 ਰਾਜਾਂ ਦੇ ਵਿੱਚ ਉਹਨਾਂ ਨੇ ਬਦਲੇ ਆ ਉਹਨਾਂ 'ਚ ਵੇਖੋ ਕੌਣ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੀ ਹੋਮ ਸੈਕਟਰੀ ਦਾ ਗੁਜਰਾਤ ਦਾ ਹੋਮ ਸੈਕਟਰੀ ਹਟਾ ਦਿੱਤਾ ਗਿਆ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ 'ਚ ਜਿੱਥੇ ਭਾਜਪਾ ਦੀ ਸਰਕਾਰ ਹੈ ਯੋਗੀ ਦਿੱਤਿਆਨਾਥ ਮੁੱਖ ਮੰਤਰੀ ਆ ਉਹਨਾਂ ਦਾ ਹੋਮ ਸੈਕਟਰੀ ਹਟਾ ਦਿੱਤਾ ਇਹ ਕਾਂਗਰਸ ਨੇ ਜਾਂ ਸਮਾਜਵਾਦੀ ਪਾਰਟੀ ਨੇ ਤੁਸੀਂ ਲਾਇਆ ਜੇ ਗਲਤ ਸੀਗਾ ਤੇ ਇਹਨੇ ਲਾਇਆ ਸੀ। ਝਾਰਖੰਡ ਦੇ ਵਿੱਚ ਠੀਕ ਆ ਅਜੇ ਇਹਨਾਂ ਦੀ ਸਰਕਾਰ ਨਹੀਂ ਅੱਗੇ ਵਧਾਉਣ ਵਾਸਤੇ ਯਤਨ ਕਰਤੇ ਉੱਥੇ ਵੀ ਝਟਕਾ ਕੀਤਾ ਹੋ। ਸਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਨਿਸ਼ਾਨੇ ਤੇ ਹੋ ਸਕਦਾ ਉੱਥੇ ਵੀ ਕਰਵਾਤਾ ਹੋ। ਉੱਤਰਾਖੰਡ ਦੇ ਵਿੱਚ ਤੇ ਇਹਨਾਂ ਦੀ ਸਰਕਾਰ ਆ ਵਾਵਾਚਰ ਤੋਂ ਚੱਲਦੀ ਪਈ ਆ। ਉੱਥੇ ਵੀ ਇਹਨਾਂ ਦਾ ਹੋਮ ਸੈਕਿਟੀ ਚੋਣ ਕਮਿਸ਼ਨ ਨੇ ਹਟਾਤਾ। ਕਮਾਲ ਦੀ ਗੱਲ ਇਹ ਆ ਕਿ ਜਿੱਥੇ ਬਿਹਾਰ ਦੇ ਵਿੱਚ ਸੁਚਾਸ਼ਨ ਬਾਬੂ ਸੋ ਸ਼ਿਆਸਨ ਬਾਬੂ ਕਾਦਾ ਛੜੱਪੇਵਾਰ ਬਾਬੂ ਨਤੀਸ਼ ਕੁਮਾਰ ਰਾਜ ਕਰਦਾ ਥਾਲੀ ਦਾ ਬਤਾਉ ਵੀ ਰਿੜਨ ਲੱਗਿਆ ਥੋੜਾ ਬਹੁਤ ਸੋਚਦਾ ਹੋਇਆ ਕਿ ਖੱਬੇ ਜਾਵਾਂ ਕਿ ਸੱਜੇ ਜਾਵਾਂ ਇਹ ਕਹਿੰਦਾ ਜਿੱਦਨ ਮੱਦੀ ਟੋਆ ਪੁੱਟਦੇ ਹੋ ਵੀ ਉਸੇ ਪਾਸੇ ਰਿੜਨ ਨੂੰ ਤਿਆਰ ਆ ਇਹ ਉੱਥੇ ਚਲਾ ਗਿਆ ਉਹਦੇ ਆਪਣੇ ਰਾਜ ਦਾ ਵੀ ਹੋਮ ਸੈਕਟਰੀ ਹਟਾਤਦਾ ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਜਿਹੜੇ ਆਪਣੇ ਆਪ ਨੂੰ ਬਹੁਤ ਸੱਚੇ ਸੁੱਚੇ ਦੱਸ ਕੇ ਤੇ ਅਗਲੀ ਲੋਕ ਸਭਾ ਚੋਣ ਵਿੱਚ ਫਿਰ ਕਹਿੰਦੇ ਆ ਕਿ ਅਸੀਂ ਇੰਨੀਆਂ ਸੀਟਾਂ ਲੈਣੀਆਂ ਲਾਲਣ ਫਤਵਾ ਤੇ ਲੋਕਾਂ ਦੇਣਾ ਲੋਕ ਦੇ ਦੇਣ ਜੋ ਲੋਕਾਂ ਨੇ ਫਤਵਾ ਦਿੱਤਾ ਅਸੀਂ ਉਹਨੂੰ ਮਨਜ਼ੂਰ ਕਰਾਂਗੇ ਪਰ ਇਹ ਗੱਲ ਕਿੰਡੀ ਹਰਿਆਣਵੀ ਵਾਲੀ ਹੈ ਕਿ ਜਿਹੜੀ ਪਾਰਟੀ ਦੇਸ਼ ਦੇ ਉੱਤੇ ਰਾਜ ਕਰਦੀ ਹੈ ਸੂਬਿਆਂ ਦੀਆਂ ਸਰਕਾਰਾਂ ਦੇ ਵਿੱਚੋਂ 6 ਦੇ ਹੋਮ ਸੈਕਰੀਟਰੀ ਹਟਾਏ ਆ ਤੇ 6 ਦੇ ਵਿੱਚੋਂ 4 ਥਾਵਾਂ ਦੇ ਉੱਤੇ ਇਹਨਾਂ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਆਪਣੀਆਂ ਸਰਕਾਰਾਂ ਨੇ 6 ਚੋਂ 4 ਦਾ ਵੱਲੋਂ ਕਿ 2 3 ਛਟਕਾ ਤਾਂ ਇਹਨਾਂ ਨੂੰ ਲੱਗਾ ਅੱਗੋਂ ਦੇ ਛਟਕੇ ਸ਼ੁਰੂ ਹੋਏ ਆ ਇਲੈਕਸ਼ਨ ਵਿੱਚ ਕੀ ਕੀ ਹੋ ਸਕਦਾ ਤੇ ਕਿੰਨਾ ਕਿੰਨਾ ਝਟਕਾ ਕਿਹਨੇ ਕੁਝ ਨਹੀਂ ਲੱਗਦਾ ਇਹ ਆਪਾਂ ਸਾਰੇ ਵੇਖਦੇ ਰਵਾਂਗੇ ਪਰ ਇਹ ਝਟਕਿਆਂ ਦੀ ਅਜੇ ਸ਼ੁਰੂਆਤ ਹੈ ਜੀ ਤੇ ਪੰਨੂ ਸਭ ਅੱਗੇ ਵਧਦੇ ਆ ਤੇ ਗੱਲ ਤਾਮਿਲਨਾਡੂ ਦੀ ਕਰਨੀ ਹੈ ਤਾਮਿਲਨਾਡੂ ਦੀ ਸਰਕਾਰ ਤੇ ਉਧਰ ਤਾਮਿਲਨਾਡੂ ਦੇ ਜਿਹੜੇ ਗਵਰਨਰ ਨੇ ਉਹਨਾਂ ਵਿਚਾਲੇ ਫੇਰ ਪੇਚਾ ਪੈ ਗਿਆ ਇਹ ਹੁਣ ਨਵਾਂ ਕੀ ਮਾਮਲਾ ਖੜਾ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਮਾਮਲੇ ਨੂੰ ਕਿੱਥੇ ਤੱਕ ਜਾਂਦੇ ਹੋਏ ਵੇਖ ਸਕਦੇ ਹਾਂ ਜੀ ਨਦਪ੍ਰੇਤ ਜੀ ਤੁਹਾਨੂੰ ਪਤਾ ਹੀ ਆ ਕਿ ਤਾਮਿਲਨਾਡੂ ਦੇ ਗਵਰਨਰ ਦਾ ਪੰਜਾਬ ਦੇ ਗਵਰਨਰ ਦਾ ਕੁਝ ਹੋਰ ਸੂਬਿਆਂ ਦੇ ਗਵਰਨਰਾਂ ਦਾ ਮਾਮਲਾ ਵੱਧ ਗਿਆ ਤੇ ਸੁਪਰੀਮ ਕੋਰਟ ਵਿੱਚ ਕਿੰਨੀ ਵਾਰ ਗਿਆ ਸੁਪਰੀਮ ਕੋਰਟ ਨੇ ਜਦੋਂ ਇਹ ਕਹਿ ਦਿੱਤਾ ਸੀ ਕਿ ਪੰਜਾਬ ਦਾ ਗਵਰਨਰ ਗਲਤ ਕਰਦਾ ਤਾਮਿਲਨਾਡੂ ਦਾ ਗਵਰਨਰ ਗਲਤ ਕਰਦਾ ਪੰਜਾਬ ਦੇ ਗਵਰਨਰ ਨੇ ਬਿੱਲ ਪਾਸ ਕਰਤੇ ਤਾਮਿਲਨਾਡੂ ਵਾਲੇ ਨੇ ਫਿਰ ਰੋਕ ਦਿੱਤੇ ਸੁਪਰੀਮ ਕੋਰਟ ਨੇ ਕਿਹਾ ਸੀ ਉਹਨੂੰ ਆਪਣੇ ਡਿਸਕ੍ਰੀਸ਼ਨ ਵਰਤਣ ਦਾ ਅਧਿਕਾਰ ਹੈ ਪਰ ਇਹ ਅਧਿਕਾਰ ਉਹਦੇ ਕੋਲ ਹੈ ਨਹੀਂ ਕਿ ਬਿੱਲ ਰੋਕ ਕੇ ਸਾਲਾਂਬੱਦੀ ਰੱਖਲੇ ਫਿਰ ਗਵਰਨਰ ਨੇ ਬਿੱਲ ਰੋਕੇ ਤਾਂ ਨਹੀਂ ਇਹ ਲਿਖ ਕੇ ਕਰਦਾ ਕਿ ਤੁਹਾਡੇ ਪਾਸ ਕੀਤੇ ਵਿਧਾਨ ਸਭਾ ਦੇ ਬਿੱਲ ਮੈਂ ਪਾਸ ਇਹਨਾਂ ਦੀ ਪ੍ਰਵਾਨਗੀ ਨਹੀਂ ਦਿੰਦਾ ਪਰ ਪ੍ਰਵਾਨਗੀ ਕਿਉਂ ਨਹੀਂ ਦਿੰਦਾ ਉਹਨੇ ਦੱਸਿਆ ਹੀ ਨਹੀਂ ਉਹਦੇ ਤੋਂ ਬਾਅਦ ਵੀ ਰੜਕੇ ਪੈ ਰਹੇ ਫਿਰ ਜਦੋਂ ਇੱਥੇ ਸਾਡੇ ਪੰਜਾਬ ਦੇ ਵਿੱਚ ਇੱਕ ਮੌਕਾ ਆਇਆ ਸੀ ਕਿ ਗਵਰਨਰ ਬੋਲਦਾ ਪਿਆ ਸੀ ਤੇ اپੋਜੀਸ਼ਨ ਲੀਡਰ ਨੇ ਆਖਿਆ ਜੀ ਤੁਸੀਂ ਮਾਈ ਗਵਰਨਮੈਂਟ ਕਹਿੰਦੇ ਹੋ ਤੇ ਤੁਹਾਨੂੰ ਆਪਣੀ ਗਵਰਨਮੈਂਟ ਮੰਨਦੇ ਨਹੀਂ ਤੇ ਉਹਨੇ ਆਖਿਆ ਸੀ ਚੰਗਾ ਮੈਂ ਨਿਹਰਾ ਗਵਰਨਮੈਂਟ ਕਹਿੰਨਾ ਬਾਕੀ ਸਾਰੀ ਕਹਾਣੀ ਮੈਂ ਨਹੀਂ ਦਰਾਉਣੀ ਚਾਹੁੰਦਾ ਕਿ ਕੀ ਕੁਝ ਉਸ ਦਿਨ ਹੌਸਲ ਵਿੱਚ ਹੋਇਆ ਸੀ ਤਾਮਿਲਨਾਡੂ ਚੇਤੋ ਵੱਧ ਹੋ ਚੁੱਕਾ ਉਥੋਂ ਦੇ ਗਵਰਨਰ ਨੇ ਲਿਖਿਆ ਹੋਇਆ ਭਾਸ਼ਣ ਪੜਨ ਦੇ ਥਾਂ ਉਹਦੇ ਤੋਂ ਪਾਸੇ ਜਾ ਕੇ ਭਾਸ਼ਣ ਪੜਿਆ ਉਹਦੀ ਹਾਜ਼ਰੀ ਵਿੱਚ ਹੀ ਉਹਦੇ ਖਿਲਾਫ ਮਤਾ ਪਾਸ ਕੀਤਾ ਗਿਆ ਜਦੋਂ ਮਤਾ ਪੇਸ਼ ਹੋਇਆ ਤੇ ਨੇ ਆਖਿਆ ਕਿ ਤੁਸੀਂ ਮਤਾ ਨਹੀਂ ਪੇਸ਼ ਕਰ ਸਕਦੇ ਪਾਸ ਨਹੀਂ ਕਰ ਸਕਦੇ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਆਖਿਆ ਅਸੀਂ ਕਰ ਸਕਦੇ ਹਾਂ ਉਹਨਾਂ ਨੇ ਆਪਣੇ ਗਵਰਨਰ ਦੇ ਖਿਲਾਫ ਮਤਾ ਪਾਸ ਕਰਤਾ ਅਸੀਂ ਆਪੋਜੀਸ਼ਨ ਦੇ ਲੋਕਾਂ ਨੂੰ ਵਾਕਆਊਟ ਕਰਦੇ ਵੇਖਿਆ ਹੋਇਆ ਕਦੇ-ਕਦੇ ਰੁੱਸ ਜਾਵੇ ਤੇ ਹਾਕਮ ਪਾਰਟੀ ਦਾ ਰਾਜ ਕਰਦੀ ਪਾਰਟੀ ਦਾ ਵੀ ਕੋਈ ਐਮਐਲਏ ਕਿਸੇ ਸੂਬੇ ਵਿੱਚ ਜਾਂ ਕੇਂਦਰ ਦੇ ਪਾਰਲੀਮੈਂਟ 'ਚ ਵਾਕਆਊਟ ਕਰ ਜਾਂਦਾ ਉਸ ਦਿਨ ਅਸੀਂ ਪਹਿਲੀ ਵਾਰ ਵੇਖਿਆ ਕਿ ਤਾਮਿਲਨਾਡੂ ਦੇ ਵਿੱਚ ਗਵਰਨਰ ਵਾਕਆਊਟ ਕਰਕੇ ਰਾਹ ਪਿਆ ਇਹ ਕੁੜਤਨਾ ਤੇ ਉਦੋਂ ਤੋਂ ਤੁਰੀਆਂ ਆਉਂਦੀਆਂ ਸੀਗੀਆਂ ਹੁਣ ਕਿਹੜੀਆਂ ਹਟ ਜਾਣੀਆਂ ਹੁਣ ਵੀ ਉਥੋਂ ਦਾ ਗਵਰਨਰ ਜਿਸ ਤਰ੍ਹਾਂ ਦੀ ਜਿਦਾ ਕਰਦਾ ਪਿਆ ਉਹ ਜਿਦਾ ਲੋਕਤੰਤਰੀ ਤਰੀਕਾ ਨਹੀਂ ਲੋਕਤੰਤਰ ਇਹ ਕਹਿੰਦਾ ਕਿ ਗਵਰਨਰ ਦੇ ਕੋਲੇ ਅਧਿਕਾਰ ਕੋਈ ਨਹੀਂ ਉਹ ਵੱਤ ਤੋਂ ਵੱਧ ਦੇ ਡਿਸਟ੍ਰਿਕਟ ਨੇ ਆ ਦੋ ਦਿਨ ਸੋਚ ਸਕਦਾ ਕਿਸੇ ਮਾਮਲੇ 'ਚ ਜਿਉਤੋ ਦੀ ਸਰਕਾਰ ਨੇ ਕਿਹਾ ਸੀ ਇੱਕ ਮੰਤਰੀ ਵਧਾਉਣਾ ਘਟਾਉਣਾ ਸਰਕਾਰ ਜੋ ਵੀ ਫੈਸਲਾ ਕਰੇ ਗਵਰਨਰ ਦਾ ਕੰਮ ਹੈ ਸੱਦੇ ਉਸੇਲੇ ਤੇ ਆਖੇ ਜੀ ਲਿਓ ਸੌ ਚੁੱਕ ਸਮਾਗਮ ਰੱਖ ਲਓ ਮੈਂ ਸੌਂ ਪੜਾ ਦਿੰਦਾ ਇਹਦਾ ਕੰਮ ਹੋਰ ਕਿਰਿਆ ਗਿਆ ਅਟਲੀ ਬਿਹਾਰੀ ਵਾਜਪਾਈ ਕਹਿੰਦਾ ਸੀ ਸੂਬਿਆਂ ਦੇ ਗਵਰਨਰ ਚਿੱਟੇ ਹਾਥੀ ਬਣ ਗਏ ਆ ਇਹਨਾਂ ਨੂੰ ਲਕਸਮੀ ਟਿੱਕੀ ਨਾਲ ਡਵਾਇਆ ਕਰੋ ਤੇ ਇਹਨਾਂ ਨੂੰ ਵਿਚਾਰ ਕੇ ਖੜੇ ਕਰਦੇ ਹੋਏ ਸ਼ੋਪੀਸ ਨੇ ਅਟਲੀ ਬਿਹਾਰੀ ਵਾਜਪਾਈ ਨੇ ਆਖਿਆ ਸੀ ਅਸੀਂ ਤਾਂ ਨਹੀਂ ਕਹਿੰਦੇ ਅੱਜ ਗਵਰਨਰ ਕਰਦੇ ਕੀ ਆ ਇਹ ਕਿਹੜੀ ਤਰੀਕਾ ਇੱਕ ਸੂਬੇ ਦੇ ਝਾਰਖੰਡ ਦੇ ਵਿੱਚ ਮੁੱਖ ਮੰਤਰੀ ਥਾ ਨਵਾਂ ਮੁੱਖ ਮੰਤਰੀ ਬਣਾਉਣਾ ਹੋਵੇ ਤੇ ਤਿੰਨ ਚਾਰ ਦਿਨ ਤੱਕ ਉੱਥੋਂ ਦਾ ਗਵਰਨਰ ਸੋਚਦਾ ਰਹਿੰਦਾ ਕਹਿੰਦਾ ਜੀ ਮੈਂ ਸੋਚੂਗਾ ਮੌਕਾ ਦੇਣਾ ਕਿ ਨਹੀਂ ਦੇਣਾ ਜੇ ਦੂਸਰੇ ਪਾਸੇ ਇਹਨਾਂ ਨੇ ਆਪਣਾ ਕੋਈ ਗਵਰਨਰ ਹਰਿਆਣਾ 'ਚ ਬਦਲਣਾ ਹੋਵੇ ਮੁੱਖ ਮੰਤਰੀ ਬਦਲਣਾ ਹੋਵੇ ਤੇ ਸਵੇਰੇ ਕਹਿੰਦੇ ਆ ਤੇ ਸ਼ਾਮ ਨੂੰ ਗਵਰਨਰ ਸੱਦ ਕੇ ਸਮਾਗਮ ਤੇ ਉਸ ਵੇਲੇ ਮੁੱਖ ਮੰਤਰੀ ਬਦਲ ਦਿੰਦਾ ਇਹਨਾਂ ਦੀ ਵਾਰੀ ਸਾਰੇ ਕਾਨੂੰਨ ਬਦਲ ਜਾਂਦੇ ਨੇ ਇੱਕ ਕੀ ਤਮਾਸ਼ਾ ਬਣਿਆ ਪਿਆ ਉਹਨੂੰ ਉਥੋਂ ਦੀ ਸਰਕਾਰ ਨੇ ਜੀ ਆਖਿਆ ਸੀ ਇੱਕ ਮੰਤਰੀ ਵਧਾਉਣਾ ਘਟਾਉਣਾ ਜੋ ਮਰਜ਼ੀ ਕਰਨ ਇਹ ਉਹਨਾਂ ਦਾ ਅਧਿਕਾਰ ਹੈ ਉਸ ਅਧਿਕਾਰ ਨੂੰ ਵੀ ਵਰਤਨ ਦੇਣ ਤੋਂ ਗਵਰਨਰ ਬਾਗੀ ਆ ਕਹਿੰਦਾ ਮੈਂ ਨਹੀਂ ਸੌਂਚ ਕੌਂਦਾ ਜਦੋਂ ਸੰਵਿਧਾਨ ਨੇ ਕਹਿੰਦਾ ਕਿ ਸੂਬੇ ਵਿੱਚ ਮੁੱਖ ਮੰਤਰੀ ਕਿਹਨੇ ਹੋਣਾ ਤੇ ਕਿਹਨੇ ਨਹੀਂ ਹੋਣਾ ਉਹ ਸੂਬੇ ਵਿੱਚ ਮੰਤਰੀ ਕਿਹਨੇ ਨਹੀਂ ਹੋਣਾ ਮੁੱਖ ਮੰਤਰੀ ਦਾ ਫੈਸਲਾ ਤਾਂ ਬਹੁਸੰਮਤੀ ਵਾਲੀ ਪਾਰਟੀ ਕਰੂ ਤੇ ਮੰਤਰੀ ਕਿਹੜਾ ਹੋਵੇ ਤੇ ਕਿਹੜਾ ਨਾ ਹੋਵੇ ਇਹ ਸੂਬੇ ਦੇ ਵਿੱਚ ਮੁੱਖ ਮੰਤਰੀ ਫੈਸਲਾ ਕਰਦਾ ਤੇ ਸਰਕਾਰ ਕਰਦੀ ਹੈ ਗਵਰਨਰ ਦੇ ਕੋਲ ਤਾਂ ਰੋਕਣ ਦਾ ਕੋਈ ਅਧਿਕਾਰ ਹੀ ਕਿਸੇ ਕਿਸਮ ਦਾ ਨਹੀਂ ਰਹਿਣ ਦਿੱਤਾ ਗਿਆ ਇਹਦੇ باوجود ਉਹ ਗਵਰਨਰ ਜੇ ਰੋਕਦਾ ਪਿਆ ਇਹਦਾ ਮਤਲਬ ਕਿ ਆਪਣੇ ਆਪ ਨੂੰ ਕਨਸਟੀਟਿਊਸ਼ਨ ਤੋਂ ਆਪਣੇ ਆਪ ਨੂੰ ਦੇਸ਼ ਦੇ ਸੰਵਿਧਾਨ ਤੋਂ ਵੱਡਾ ਸਮਝਿਆ ਇਹੋ ਜਿਹਾ ਫਤੂਰ ਇਹੋ ਜਿਹਾ ਜਿਹੜਾ ਕਮੰਡ ਹੈ ਕਿਸੇ ਦੇ ਵੀ ਸਿਰ ਚ ਆਵੇ ਤੇ ਉਹ ਮਰਣਾ ਨਹੀਂ ਚਾਹੀਦਾ ਜੇ ਉੱਥੋਂ ਦੀ ਸਰਕਾਰ ਨੇ ਫੈਸਲਾ ਕਰ ਲਿਆ ਕਿ ਇਸ ਵਿਹਾਰ ਦੇ ਖਿਲਾਫ ਅਸੀਂ ਸੁਪਰੀਮ ਕੋਰਟ ਜਾਣਾ ਮੈਂ ਸਮਝਾ ਉੱਥੋਂ ਦੀ ਸਰਕਾਰ ਠੀਕ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਸਰਕਾਰ ਨੂੰ ਵੀ ਆਪਣੇ ਗਵਰਨਰ ਦੇ ਖਿਲਾਫ ਕਿਸ ਤਰ੍ਹਾਂ ਵਾਰ-ਵਾਰ ਉੱਥੇ ਜਾਣਾ ਪਿਆ ਸੁਪਰੀਮ ਕੋਰਟ ਸਾਡੇ ਗਵਰਨਰ ਸਾਹਿਬ ਨੇ ਤੇ ਬਜਟ ਪੇਸ਼ ਕਰਨ ਤੋਂ ਹੀ ਰੋਕ ਦਿੱਤਾ ਹੈ ਬਜਟ ਸਮਾਗਮ ਪਹਿਲੇ ਆਪ ਮਨਜ਼ੂਰੀ ਦੇ ਕੇ ਤੇ ਮੁੜ ਕੇ ਰੱਦ ਕਰ ਦਿੱਤੀ ਸੀ ਕਿ ਸੁਪਰੀਮ ਕੋਰਟ ਨੇ ਆਖਰਸੇ ਗੁਰਦਨ ਰੋਜਾ ਕੋਈ ਅਧਿਕਾਰ ਨਹੀਂ ਹੁਣ ਮੈਨੂੰ ਲੱਗਦਾ ਕਿ ਉਹ ਝਟਕਾ ਉਥੋਂ ਦੇ ਤਾਮਿਲਨਾਡੂ ਦੇ ਗੁਰਦਨ ਨੂੰ ਵੀ ਪੈ ਸਕਦੀਆਂ ਨੇ ਜੀ ਬਿਲਕੁਲ ਠੀਕ ਬੋਣੋ ਸਭ ਤੇ ਅੱਗੇ ਬਾਤਾਂ ਗੱਲ ਬਿਹਾਰ ਦੀ ਕਰਦੇ ਆਂ ਵੈਸੇ ਤਾਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਇੱਕ ਧਿਰਾਂ ਜੜੀਆਂ ਵਕਫ ਵਕਫ ਸੂਬਿਆਂ ਦੇ ਵਿੱਚ ਆਪਣੇ ਜਿਹੜੇ ਉਹ ਚੋਣ ਮੈਨੀਫੈਸਟੋ ਵੀ ਜਾਰੀ ਕਰ ਰਹੇ ਨੇ ਤੇ ਉਮੀਦਵਾਰਾਂ ਦੇ ਨਾਮ ਵੀ ਜਾਰੀ ਕਰ ਰਹੇ ਨੇ ਤੇ ਬਿਹਾਰ ਦੇ ਵਿੱਚ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਹੋਈ ਹੈ ਇਹ ਵਿਸ਼ੇਸ਼ ਧਿਆਨ ਮੰਗਦੀ ਹੈ ਪੰਨੂ ਸਭ ਇਹਦੇ ਬਾਰੇ ਥੋੜੀ ਚਰਚਾ ਕਰਿਓ ਜੀ ਅਮ ਵਿਸ਼ੇਸ਼ ਧਿਆਨ ਤੇ ਮੰਗਦੀ ਆ ਉਹ ਸੂਬੇ ਦੇ ਵਿੱਚ ਹੁਣ ਤੱਕ ਵੱਡੀਆਂ ਪਾਰਟੀਆਂ ਦੋ ਸੀ ਰਾਸ਼ਟਰੀ ਜਨਤਾ ਦਲ ਤੇ ਜਨਤਾ ਦਲ ਯੂਨਾਈਟਿਡ ਨतीश ਕੁਮਾਰ ਬੜਾ ਰਾਸ਼ਟਰੀ ਜਨਤਾ ਦਲ ਲਾਲੂ ਪ੍ਰਸਾਦ ਯਾਦਵ ਤੇ ਉਹਦੇ ਪੁੱਤਰ ਦਾ ਇਹ ਵੀ ਬਦਕੁਨਤੀ ਆ ਕਿ ਪਾਰਟੀਆਂ ਵੱਧਿਆਂ ਦੇ ਨਾਂ ਨਾਲ ਚੱਲਦੀਆਂ ਜਦੋਂ ਪਿਛਲੀ ਵਾਰੀ ਵਿਧਾਨ ਸਭਾ ਚੋਣਾਂ ਹੋਈਆਂ ਉਦੋਂ ਨਤੀਸ਼ ਕੁਮਾਰ ਦਾ ਜਨਤਾ ਪਾਰ ਯੂ ਭਾਜਪਾ ਦੇ ਨਾਲ ਸੀ ਤੁਹਾਨੂੰ ਯਾਦ ਹੋਵੇਗਾ ਮੈਂ ਚੋਣਾ ਸ਼ੁਰੂ ਹੋਣ ਲੱਗਿਆ ਆਖਿਆ ਸੀ ਹਜੇ ਤੱਕ ਰਿਕਾਰਡ ਤੇ YouTube ਤੇ ਕਿ ਇਸ ਵਾਰੀ ਭਾਜਪਾ ਸੀਟਾਂ ਵੱਧ ਛੱਡੇਗੀ ਨਤੀਸ਼ ਕੁਮਾਰ ਨੂੰ ਪਰ ਨਤੀਜਿਆਂ ਦੇ ਵਿੱਚ ਨਤੀਸ਼ ਕੁਮਾਰ ਦੇ ਪਰ ਕੁਤਰ ਕੇ ਉਹਦੀਆਂ ਸੀਟਾਂ ਘਟਾ ਦੇਣਗੇ ਆਪਣੀਆਂ ਸਾਰੀਆਂ ਸੀਟਾਂ ਜਤਾ ਲੈਣਗੇ ਉਹਦੇ ਵਾਲੀਆਂ ਸੀਟਾਂ ਤੇ ਰਾਤ ਨੂੰ ਭਾਜਪਾ ਦੀ ਵੋਟ ਦੂਸਰੇ ਪਾਸੇ ਜਿਹੜੀ ਟ੍ਰਾਂਸਫਰ ਕਰ ਦਿੱਤੀ ਜਾਵੇਗੀ ਐਨ ਉਹ ਕੁ ਜੋ ਹੈ ਵੱਧ ਸੀਟਾਂ ਜਨਤਾ ਪਾਰ ਯੂ ਨੇ ਲੜੀਆਂ ਪਰ ਜਿੱਤਿਆਂ ਵੱਧ ਭਾਜਪਾ ਨੇ ਇਹ ਛੋਟੀ ਪਾਰਟੀ ਬਣ ਗਿਆ ਫਿਰ ਨतीश ਕੁਮਾਰ ਆਖੇ ਮੈਂ ਮੁੱਖ ਮੰਤਰੀ ਦੀ ਸੌ ਨਹੀਂ ਚੁਕਣੀ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਸੌਤੇ ਨੇ ਚੁਕ ਲਈ ਮੁੱਖ ਮੰਤਰੀ ਬਣ ਗਿਆ ਫਿਰ ਆਖੇ ਬੇਇਜ਼ਤੀ ਹੁੰਦੀ ਆ 2022 ਜਦੋਂ ਮੁੱਕਣ ਵਾਲਾ ਸੀ ਭਾਜਪਾ ਨੂੰ ਛੱਡ ਕੇ ਰਾਸ਼ਟਰੀ ਜਨਤਾ ਦਾ ਦਲ ਨਾਲ ਜੁੜ ਗਿਆ ਉਹੜਾ ਕਹਿੰਦੇ ਹੁੰਦੇ ਆ ਜਗਤੇ ਨੂੰ ਛੱਡ ਕੇ ਭਗਤੇ ਨਾਲ ਤੁਰ ਗਈ ਇਹ ਉਧਰੋਂ ਛੱਡ ਕੇ ਇਧਰ ਜੁੜ ਗਿਆ ਪਰ ਇਧਰ ਆ ਕੇ ਵੀ 1.5 ਸਾਲ ਪੂਰਾ ਮਸਾ ਕੀਤਾ ਉਦੇ ਲਾਗੇ ਛਾ ਕੇ ਪਹੁੰਚ ਕੇ ਤੇ ਨੇ ਉਹਨਾਂ ਨੂੰ ਅੱਖਾਂ ਫੇਰ ਲੀਆਂ ਜਿਹੜੀ ਭਾਜਪਾ ਨੂੰ ਛੱਡ ਕੇ ਆ ਸੀ ਉਸੇ ਨਾਲ ਸਮਝੌਤਾ ਕਰ ਲਿਆ ਤੇ ਹੁਣ ਉਹਨੇ ਆਖਿਆ ਸੀ ਮੇਰੀ ਤਨਖਾਹ ਵਧਾ ਦਿਓ ਵਧਾ ਦਿਓ ਵਧਾ ਦਿਓ ਵਧਾ ਦਿਓ ਨਹੀਂ ਤੇ ਤੇ ਅਗਲੇ ਨੇ ਆਖਿਆ ਨਹੀਂ ਦੇਕੀ ਕਹਿੰਦਾ ਨਹੀਂ ਤੇ ਇਸੇ ਤਨਖਾਹ ਤੇ ਭਾਂਡੇ ਮਾਜੀ ਜਾਵਾਂਗੇ ਐਸ ਤਰ੍ਹਾਂ ਨਤੀਸ਼ ਕੁਮਾਰ ਇੰਨਾ ਥੱਲੇ ਲੱਗ ਗਿਆ ਕਿ ਹੁਣ ਜਿਹੜੀ ਵੀ ਤਨਖਾਹ ਮਿਲਦੀ ਉਹ ਸੇ ਦਿਹਾੜੀ ਦੇ ਉੱਤੇ ਭਾਜਪਾ ਬਣਦੇ ਭਾਂਡੇ ਮਾਜਣ ਨੂੰ ਤਿਆਰ ਹੈ ਅੱਗੇ ਹਮੇਸ਼ਾ ਉਹ ਕਹਿੰਦਾ ਸੀ ਵੱਡੀ ਪਾਰਟੀ ਮੈਂ ਆ ਇੱਕ ਪੜਾਅ ਦੇ ਉੱਤੇ ਇਹ ਵੀ ਫੈਸਲਾ ਹੁੰਦਾ ਪਿਆ ਸੀ ਪਰ ਹੋਇਆ ਨਹੀਂ ਸੀ ਕਿ ਸੂਬੇ ਦੇ ਵਿੱਚ ਵੱਧ ਸੀਟਾਂ ਜਿਹੜੀਆਂ ਨतीश ਕੁਮਾਰ ਲੜਿਆ ਕਰੇ ਤੇ ਕੇਂਦਰ ਚ ਪਾਰਲੀਮੈਂਟ ਲਈ ਭਾਜਪਾ ਨੂੰ ਵੱਧ ਦਿੱਤੀਆਂ ਜਾਣ ਪਰ ਅੱਜ ਤੇ ਸਾਫ਼ ਹੀ ਹੋ ਗਿਆ ਉਤੋਂ ਦੀਆਂ 40 ਸੀਟਾਂ ਚੋਂ 17 ਭਾਜਪਾ ਲੜੇਗੀ ਬਾਕੀ ਦੀਆਂ 23 ਸੀਟਾਂ ਚੋਂ ਪੰਜ ਜਿਹੜੀ ਆ ਉਹ ਲੋਕਤੰਤਰਿਕ ਜਨਤਾ ਪਾਰਟੀ ਉਹ ਪੀਓ ਦਾ ਨਾਮ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਨੇ ਇੱਕ ਆਰਐਲਐਮ ਨੂੰ ਦਿੱਤੀਆਂ ਗਈ ਆ ਇੱਕ ਹਮ ਪਾਰਟੀ ਵਾਲੇ ਨੂੰ ਦਿੱਤੀ ਗਈ ਆ ਤੇ ਜਨਤਾ ਪਾਲ ਯੂ ਜਿਹੜਾ ਮੁੱਖ ਮੰਤਰੀ ਨਿਤਿਸ਼ ਕੁਮਾਰ ਉੱਤੇ ਬੈਠਾ ਸੁਸ਼ਾਸਨ ਬਾਬੂ ਜਿਹਦੇ ਰਾਜ ਵਿੱਚ ਕ腐ਸ਼ਨ ਦੀ ਸਿਖਰ ਹੋਈ ਪਈ ਆ ਇੱਕੋ ਦਿਨ 250 ਬੰਦੇ ਫੜੇ ਗਏ ਜਿਹੜੇ ਆ ਬਾਹਰ ਬੈਠੇ ਸੀ ਤੇ ਉਹਨਾਂ ਦੇ ਸਾਹਦੇ ਪੇਪਰ ਸਰਵਰ ਪੇਪਰ ਉੱਥੇ ਕਰਦੇ ਪਏ ਸੀ ਸੈਂਟਰ 'ਚ ਉਸ ਸੁਸ਼ਾਸਨ ਬਾਬੂ ਦੀ ਪਾਰਟੀ ਦੇ ਪਰ ਕੁਤਦ ਤੇ ਭਾਜਪਾ ਨੇ ਅੱਜ ਸੀਟਾਂ ਦੇ ਵੰਡ ਹੋਏ ਤੇ ਭਾਜਪਾ ਦੀਆਂ 17 ਸੀਟਾਂ ਤੇ ਉਹਦੀਆਂ 16 ਇਹ ਪਹਿਲੀ ਵਾਰ ਆ ਕਿ ਭਾਜਪਾ ਨੂੰ ਬਿਹਾਰ ਦੇ ਵਿੱਚ ਇਹ ਕਹਿਣ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਵਿਖਾ ਦਿੱਤਾ ਨतीश ਕੁਮਾਰ ਨੂੰ ਕਿ ਜਹ ਲੱਗਦਾ ਜਿਹੜਾ ਤੇਰਾ ਜੋਰ ਲੱਗਦਾ ਅੱਜ ਤੋਂ ਬਾਅਦ ਤੂੰ ਛੋਟੀ ਪਾਰਟੀ ਆ ਜਿਨ੍ਹਾਂ ਨੂੰ ਨੀਵਾ ਵਿਖਾ ਦਿੱਤਾ ਗਿਆ ਉਹ ਅੰਦਰੇ ਅੰਦਰ ਰਿਝਦਾ ਹੋਊਗਾ ਚੋਣਾਂ 'ਚ ਕੀ ਕਰੂ ਤੇ ਉਹਦੇ ਮਗਰੋਂ ਕੀ ਕਰੂਗਾ ਇਹ ਸਮਾਂ ਦੱਸੇਗਾ ਜੀ ਪਰ ਸਭ ਯੂਪੀ ਦੇ ਵਿੱਚ ਸਮੂਹਿਕ ਵਿਆਹ ਹੋਏ ਨੇ ਤੇ ਉੱਥੇ ਇੱਕ ਮਾਮਲਾ ਜਿਹਾ ਸਾਹਮਣੇ ਆਇਆ ਜਿੱਥੇ ਭੈਣ ਭਰਾ ਦੇ ਵੀ ਫੇਰੇ ਕਰਾ ਦਿੱਤੇ ਗਏ ਇਹ ਪੂਰਾ ਮਾਮਲਾ ਕੀ ਹੈ ਜੀ ਇਹਦੇ ਬਾਰੇ ਥੋੜਾ ਦੱਸਿਓ ਬਹੁਤ ਸ਼ਰਮਨਾਕ ਗੱਲ ਹੈ ਅਸੀਂ ਪਿਛਲੇ 1 ਮਹੀਨੇ ਦੇ ਵਿੱਚ 3 ਜਾਂ 4 ਵਾਰ ਇਹ ਖਬਰ ਦੀ ਚਰਚਾ ਕੀਤੀ ਹੈ ਉੱਥੇ ਹੁੰਦਾ ਕੀ ਆ ਕਿ ਯੋਗੀ ਦਿੱਤਿਆ ਨਾਲ ਦੀ ਸਰਕਾਰ ਕਹਿੰਦੀ ਹੈ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਬੱਚਿਆਂ ਦੇ ਸਮੂਹਿਕ ਵਿਆਹ ਹੋਣਗੇ ਤਾਂ ਕਿ ਖਰਚਾ ਘੱਟ ਹੋਵੇ ਜੇ ਖਰਚਾ ਜਿਹੜਾ ਉਹ ਸਰਕਾਰ ਦੇਵੇਗੀ ਉਹਦੇ ਤੇ ਬਾਕੀ 15-20000 ਦਾ ਸਮਾਨ ਦੇਣਾ 35000 ਰੁਪਏ ਕੈਸ਼ ਦੇਣਾ ਹੁੰਦਾ ਉਹ ਲੋਕੀ ਆਪਣੀਆਂ ਧੀਆ ਲੈ ਆਉਂਦੇ ਆ ਉਥੇ ਲਿਆ ਕੇ ਬਿਠਾ ਕੇ ਤੇ ਉਹ ਕਿਉਂਕਿ ਪੈਸੇ ਕੁੜੀ ਦੇ ਨਾਮ ਤੇ ਮਿਲਦੇ ਆ ਉਥੇ ਕਈ ਵਾਰੀ ਕੋਈ ਨਾ ਕੋਈ ਕਿਰਾਏ ਵਾਲਾ ਮੁੰਡਾ ਲਿਆਉਂਦੇ ਤੈਨੂੰ 2000 ਰੁਪਏ ਅਜ ਦੀ ਦਿਹਾੜੀ ਮਿਲੇਗੀ ਜਿੱਥੇ 200 ਰੁਪਏ ਦਿਹਾੜੀ ਚੱਲਦੀ ਪਈ ਆ ਉਹਨੂੰ ਜੇ ਇਕੱਠਾ 2000 ਰੁਪਏ ਹੋਵੇ ਤੇ ਉਹਨੂੰ ਨਾਲੇ ਵੀ ਪਤਾ ਲੱਗੇ ਕਿ ਅੱਜ ਸੋਹਣੇ ਕੱਪੜੇ ਪਾਉਣ ਨੂੰ ਮਿਲਣੇ ਤੇ ਖਾਣ ਪੀਣ ਨੂੰ ਵੀ ਮਿਲਣਾ। ਉਹ ਮੁੰਡੇ ਤਿਆਰ ਹੋ ਜਾਂਦੇ ਆ। ਪਤਾ ਲੱਗਾ ਕਿ ਉੱਥੇ ਸੈਂਕੜਿਆਂ ਦੇ ਹਿਸਾਬ ਨਾਲ ਜਾਲੀ ਸ਼ਾਦੀਆਂ ਹੋ ਰਹੀਆਂ। ਇੱਕ ਮੌਕਾ ਇਹੋ ਜਿਹਾ ਆਇਆ ਜਿੱਥੇ ਇੱਕ ਮੁੰਡੇ ਨੇ ਪੰਜਾਂ ਕੁੜੀਆਂ ਨਾਲ ਇੱਕੋ ਦਿਨ ਫੇਰੇ ਲਏ। ਉਹ ਬਾਅਦ ਵਿੱਚ ਵੀਡੀਓ ਫੜੀਆਂ ਗਈਆਂ ਤੇ ਮੁੰਡੇ ਇਹਦੇ ਉਹਦੇ ਨਾਲ ਵੀ ਉਹਦੇ ਨਾਲ ਕੋਈਆਂ ਨਾਲ ਫੇਰੇ ਹੋ ਗਏ। ਇਹ ਵੀ ਤਮਾਸ਼ਾ ਹੁੰਦਾ ਵੇਖਿਆ ਗਿਆ। ਉਹ ਕਹਿੰਦਾ ਜੀ ਮੈਨੂੰ ਤੇ ਇਹਨਾਂ ਪੰਜਾਂ ਦੇ 2-2000 ਰੁਪਏ ਦਿੱਤੇ ਸੀ ਇੱਕੋ ਦਿਨ 10000 ਬਣ ਕੇ ਮੈਂ ਠੇਕਾ ਲਿਆ ਬਾਕੀ ਰਾਂ ਨੂੰ ਪੁੱਛੋ। ਔਰ ਇੱਕ ਨੇ ਇਹ ਵੀ ਆਖਿਆ ਜੇ ਪੰਜੇ ਤੇਰੇ ਨਾਲ ਤੁਰਪੀਆ ਫਿਰ ਕੀ ਕਰੇਗਾ ਇਹ ਵੀ ਉਹ ਸਭ ਕੁਝ ਉੱਤੇ ਅੰਦਰ ਹੈ ਕਹਿੰਦੇ ਜੀ ਇਨਕੁਆਇਰੀ ਕਰਾਵਾਂਗੇ ਫਿਰ ਇੱਕ ਦਿਨ ਇਦਾਂ ਦਾ ਵਿਆਹ ਸੀ ਜਿੱਥੇ ਆੜ-ਆੜ ਥਮਾ ਤੋਂ ਮੁੰਡੇ ਸੱਦ ਕੇ ਲਿਆਂਦੇ ਤੇ ਉਹਨਾਂ ਦੇ ਜਿਹੜੀ ਅਸੀਂ ਲਾਵਾ ਫਿਰੇ ਕਰਾਏ ਗਏ ਤੇ 2000 ਰੁਪਿਆ ਉਹਨਾਂ ਨੂੰ ਦਿੱਤਾ ਗਿਆ ਜਿਆਲੀ ਵਿਆਹ ਕਰਨ ਵਾਸਤੇ ਇੱਕ ਕੁੜੀ ਇਹੋ ਜੀ ਸੀ ਜਿਹਨੂੰ ਆਖਿਆ ਗਿਆ ਕਿ ਤੇਰੀਆਂ ਲਾਵਾ ਹੁੰਦੀਆਂ ਦੀ ਫਿਲਮਾਂ ਆਪਾਂ ਆਖਾਂਗੇ ਬਣੀ ਨਹੀਂ ਤੂੰ ਆਪਣੇ ਮੰਗਦੇ ਵਿੱਚ ਆਪੇ ਸੰਧੂਰ ਭਰ ਲੈ ਤਾਂ ਚਲ ਤੈਨੂੰ ਪੈਸੇ ਦਿਵਾਈਏ ਉਨੇ ਵਿਚਾਰੀ ਨੇ ਆਪੇ ਹੀ ਆਪਣੀ ਮੰਗ ਚ ਸਦੂਰ ਭਰ ਲਿਆ ਆਪੇ ਹੀ ਆਪਣੇ ਘਰ ਵਰਮਾਲਾ ਪਾਲੀ ਤੇ ਜਾ ਕੇ ਪੇਸ਼ ਹੋ ਗਈ ਤੇ ਉਹ ਕਿਸੇ ਨੇ ਵੀਡੀਓ ਬਾਅਦ ਵਾਇਰਲ ਕਰ ਦਿੱਤੀ ਕਿ ਆਪਣੇ ਆਪ ਨਾਲ ਹੀ ਵਿਆਹ ਕਰ ਲਿਆ ਨੇ ਇਹ ਵੀ ਤਮਾਸ਼ਾ ਹੁਣ ਨਵੀਂ ਗੱਲ ਹੈ ਕਿ ਕੱਲ ਫਿਰ ਉੱਥੇ ਵਿਆਹ ਹੋਏ ਨੇ ਉਹਨਾਂ ਵਿਆਹਾਂ ਚ ਇੱਕ ਕੁੜੀ ਵਾਸਤੇ ਜਿਹੜਾ ਮੁੰਡਾ ਆਖਿਆ ਸੀ ਉਹ ਮੁੰਡਾ ਆਇਆ ਨਹੀਂ ਕੁੜੀ ਨੂੰ ਲੈ ਕੇ ਸਗਾ ਭਰਾ ਆਇਆ ਸੀ ਪਤਾ ਨਹੀਂ ਕਿਹਨੇ ਕਾਲੀ ਤਫੂਕ ਮਾਰਤੀ 35000 ਰੁਪਏ ਮਿਲਣਾ ਇਹ ਨਾ ਛੱਡਿਓ ਘੜੀ ਦੀ ਘੜੀ ਤੁਸੀਂ ਆਪੋ ਜੀ ਪਤੀ ਪਤਨੀ ਬਣ ਜਓ ਸਕਾਪਰਾ ਜਿਹੜਾ ਉਹਦੇ ਕੁੜੀ ਨਾਲ ਫੇਰੇ ਕਰ ਦਿੱਤੇ ਗਏ ਇਸ ਕਕੇ 35000 ਰੁਪਇਆ ਮਿਲਣਾ ਐਦੋਂ ਵੱਧ ਬੇਸ਼ਰਮੀ ਇਹ ਤੁਸੀਂ ਕਿੱਥੇ ਵੇਖੋਗੇ ਪਰ ਉਹ ਬੇਸ਼ਰਮੀ ਵੀ ਉਸ ਰਾਜ ਚ ਹੋ ਰਹੀ ਆ ਜਿੱਥੇ ਸੰਤਪੁਰਸ਼ ਗੋਰਖਨਾਥ ਦੇ ਮੱਠ ਦੇ ਮੁਖੀ ਯੋਗੀ ਅਦਿੱਤਿਆਨਾਥ ਦੀ ਉਸ ਰਾਜ ਦੇ ਮੁੱਖ ਮੰਤਰੀ ਆ ਜਿਹੜਾ ਆਉਂਦਾ ਕਹਿੰਦੇ ਉੱਤਰ ਪ੍ਰਦੇਸ਼ ਅਸੀਂ ਉੱਤਮ ਪ੍ਰਦੇਸ਼ ਬਣਾ ਦੇਣਾ ਉੱਤਮ ਪ੍ਰਦੇਸ਼ ਕੋਈ ਨਹੀਂ ਬਣਿਆ ਇਹ ਉੱਤਰ ਪ੍ਰਦੇਸ਼ ਲਗਾਤਾਰ ਪੌੜੀਆਂ ਉੱਤਰ ਦਾ ਪ੍ਰਦੇਸ਼ ਬਣ ਕੇ ਰਹਿ ਗਿਆ ਜਿੰਦਰ ਨੂੰ ਇਹ ਤੁਰਦਾ ਜਾਂਦਾ ਸ਼ਰਮ ਆਉਂਦੀ ਹੈ ਕਿ ਸਾਡੇ ਭਾਰਤ ਦੇ ਵਿੱਚ 21ਵੀਂ ਸਦੀ ਵਿੱਚ ਆਹ ਹਾਲਤ ਬਣੀ ਪਈ ਆ ਜੀ ਬਹੁਤ ਸ਼ੁਕਰੀਆ ਬੰਨੂ ਸਭ ਤੁਸੀਂ ਆਏ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਸ਼ੁਕਰੀਆ ਜੀ ਤਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਇੰਤਜ਼ਾਰ ਰਹੇਗਾ ਫਿਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦੇਉ ਇਜਾਜ਼ਤ ਦੇ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡਾ